ਸਾਰਿਆਂ ਨੂੰ ਪਹਿਲਾਂ ਜੈ ਸ੍ਰੀ ਓਕੇ ਸਭ ਤੋਂ ਪਹਿਲਾਂ ਜੈ ਸ੍ਰੀ ਖੁਦਾ ਦਾ ਧੰਨਵਾਦ ਕਰਦਾ ਅੱਜ ਮੈਂ ਇੱਥੇ ਹਾਂ ਸਾਰਿਆਂ ਦੇ ਤੁਹਾਡੇ ਨਾਲ ਹਾਂ ਅੱਗੇ ਦੋ ਵਾਰੀ ਇਹ ਮਿਸ ਹੋ ਗਿਆ ਸੀ ਮੇਰੇ ਕੋਲ ਅਤੇ ਆਹ ਤੀਸਰੀ ਵਾਰ ਮੈਂ ਤੁਹਾਡੇ ਨਾਲ I thank God that I got the opportunity to be with you and I missed twice earlier. I missed the opportunity twice before but today I am here. ਡੇਢ ਸਾਲ ਹੋ ਗਿਆ ਮੈਂ ਇੱਥੇ ਆਇਆ Yeah, I've been here for the last 1.5 years. ਸਾਰਿਆਂ ਨੂੰ ਤੁਹਾਨੂੰ ਮਿਲਾਂ ਮੈਨੂੰ ਖੁਦਾ ਨੇ ਤੁਹਾਡੇ ਨਾਲ ਸਾਰਿਆਂ ਨੂੰ ਮਿਲਾਇਆ God has enabled me to meet you all. And ਭਾਈ ਨਾਲ ਨਾਲ ਇੱਥੇ ਮੈਨੂੰ ਆਇਆ ਜਦੋਂ ਭਾਈ ਨੇ ਮੇਰੀ ਬੜੀ ਸਪੋਰਟ ਕੀਤੀ ਅਤੇ ਭਾਈ ਹੋਰਾਂ ਦੇ ਕਰਕੇ ਪਹਿਲਾਂ ਤਾਂ ਖੁਦਾ ਦਾ ਧੰਨਵਾਦ ਉਸ ਤੋਂ ਬਾਅਦ ਭਾਈ ਹੋਰਾਂ ਦਾ ਧੰਨਵਾਦ ਬਿੱਟੂ ਭਾਈ ਦਾ ਕਿ ਇਹਨਾਂ ਨੇ ਮੈਨੂੰ ਹਰ ਥਾਂ ਸਪੋਰਟ ਕੀਤੀ ਅਤੇ ਅੱਜ ਦੀ ਡੇਟ 'ਚ ਮੈਂ ਇੱਥੇ ਵਧੀਆ ਕੰਮ 'ਤੇ ਲੱਗਾ ਵਧੀਆ ਸੈੱਟ ਹੋਇਆ ਇਨ ਦ ਫਸਟ ਪਲੇਸ ਆਈ ਵਾਂਟ ਟੂ ਥੈਂਕ ਗੋਡ ਫਾਰ ਆਲ ਹਿਸ ਹੈਲਪ ਇਨ ਸੈਟਲਿੰਗ ਮੀ ਹੇਅਰ ਇਨ ਕੈਨੇਡਾ ਐਂਡ ਸੈਕਿੰਡਲੀ ਆਈ ਵਾਂਟ ਟੂ ਪ੍ਰੇਜ਼ ਗੋਡ ਫਾਰ ਮਾਈ ਕਜ਼ਨ ਬ੍ਰਦਰ ਜੌਨ ਹੂ ਹੈਲਪਡ ਮੀ ਟੂ ਸੈਟਲ ਡਾਊਨ ਹਰ ਕੰਮ ਦੇ ਵਿੱਚ ਹੈਲਪ ਕੀਤੀ ਹੈ ਅਤੇ ਬਸ ਖੁਦਾ ਦਾ ਸ਼ੁਕਰ ਕਰਦਾ ਤੁਹਾਡੇ ਵਿੱਚ ਬੈਠਣ ਧੰਨਵਾਦ ਨੋ ਯੂ ਹੈਵ ਟੂ ਟੈਲ ਅਸ ਹੂ ਗੋਡ ਇਜ਼ ਟੂ ਯੂ ਬਾਬੀ ਅਬ ਮੇਰੀ ਟਾਂਗ ਮੇਰੇ ਖਿੱਚੋ ਹੂ ਇਜ਼ ਗੋਡ ਆਪਕੇ ਕਹਿਣੇ ਪੇ ਆਪਕੇ ਕਹਿਣੇ ਪੇ ਮੈਂ ਇਧਰ ਆਇਆ ਹੂੰ ਹੂ ਇਜ਼ ਗੋਡ ਟੂ ਯੂ ਗੋਡ ਕੀ ਹੈ ਆਪਕੋ ਪਤਾ ਨਹੀਂ ਇਤਨਾ ਡੀਪਲੀ ਮੈਂ ਵੀ ਗਿਆ ਨਹੀਂ ਗੋਡ ਕੀ ਹੈ ਆਪਕੋ ਕਹਿ ਦੋ ਕੀ ਹੈ ਪਰਮੇਸ਼ਰ ਆਪਕਾ ਕ੍ਰੀਏਟਰ ਹੈ ਆਪਕਾ ਫਾਦਰ ਹੈ ਕੀ ਹੈ ਗੋਡ ਇਜ਼ ਮਾਈ ਫਾਦਰ ਯਾ ਗੋਡ ਇਜ਼ ਮਾਈ ਫਾਦਰ ਹੀ ਸੇਡ ਹੀ ਇਜ਼ ਹਿਸ ਕ੍ਰੀਏਟਰ ਐਂਡ ਐਸ ਫਾਰ ਹਿਮ ਹੀ ਇਜ਼ ਨਾਟ ਏਬਲ ਟੂ ਐਕਸਪਲੇਨ ਬਟ ਆਈ ਨੋ ਦ ਹਾਰਡਸ਼ਿਪਸ ਦੈਟ ਹੀ ਹੈਜ਼ ਇੰਡਿਓਰਡ ਇਨ ਹਿਸ ਲਾਈਫ ਐਂਡ ਇਫ ਇਟ ਇਜ਼ ਨਾਟ ਗੋਡ ਹੂ ਹੈਜ਼ ਬੀਨ ਵਿਦ ਹਿਮ ਆਈ ਐਮ ਸ਼ੋਰ ਹੀ ਵੁਡਨਟ ਹੈਵ ਬੀਨ ਸਰਵਾਈਵਿੰਗ ਟੂਡੇ ਐਂਡ ਹੀ ਹੈਜ਼ ਬੀਨ ਅ ਪਿਲਰ ਆਫ ਸਟਰੈਂਥ ਟੂ ਹਿਸ ਐਂਟਾਇਰ ਫੈਮਿਲੀ ਐਂਡ ਹੀ ਹੈਜ਼ ਇੰਡਿਓਰਡ ਅ ਲੋਟ ਆਫ ਹਾਰਡਸ਼ਿਪਸ ਐਂਡ ਹੀ ਇਜ਼ ਅ ਵੰਡਰਫੁਲ ਬੋਏ Yeah. Amen. Amen.